ਮੋਟਰਸਾਈਕਲ ਵੀ ਹੈਗਾ ਘਰ ਵੀ ਹੁਣ ਮੋਟਰਸਾਈਕਲ ਤੇ ਦੰਦੀਆਂ ਵੱਢ ਲਈਏ ਸੀ। ਗਰੀਬ ਲੋਕ ਉਹ ਨੇ ਬਸ ਜਿਨ੍ਹਾਂ ਨੇ ਜਾਂ ਲਾਭਪਾਤਰੀਆਂ ਬਣੀਆਂ ਵੇ ਨੇ ਜਾਂ ਜਿਹੜੇ ਰਜਿਸਟਰਡ ਨੇ। 2 ਮਹੀਨੇ ਹੋ ਗਏ ਅੰਦਰ ਤਾੜ ਰੱਖਿਆ ਆਮ ਜਨਤਾ ਨੂੰ, ਚਲੋ ਅਸੀਂ ਸਹਿਯੋਗ ਕੀਤਾ ਅੰਦਰ ਬੜੇ ਬੈਠੇ ਹਾਂ, ਨਾ ਕੋਈ ਦਿਹਾੜੀ ਲੱਗੀ ਨਾ ਕੋਈ ਰਸਮ ਆਇਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੈਪਟਨ ਸਾਹਿਬ, ਵਿਰੋਧੀ ਪਾਰਟੀਆਂ ਨੂੰ ਅਤੇ ਮੀਡੀਆ ਵਾਲਿਆਂ ਨੂੰ ਆ ਇੱਕ ਬੇਨਤੀ ਆ, ਤੁਹਾਨੂੰ ਦੱਸਦੇ ਹਾਂ ਵੀ ਆਮ ਮਿਡਲ ਕਲਾਸ ਬੰਦਾ ਹੁੰਦਾ ਕੀ ਹੈ, ਕੰਮਕਾਰ ਕਰਨ ਵਾਲਾ। ਹੁਣ ਸਰਕਾਰ ਦੇ ਭਾਅ ਦਾ ਗਰੀਬ ਲੋਕ ਉਹ ਨੇ ਬਸ ਜਿਨ੍ਹਾਂ ਨੇ ਜਾਂ ਲਾਭਪਾਤਰੀਆਂ ਬਣੀਆਂ ਵੇ ਨੇ ਜਾਂ ਜਿਹੜੇ ਰਜਿਸਟਰਡ ਨੇ, ਜਿਨ੍ਹਾਂ ਨੂੰ ਕਹਿੰਦੇ ਅਸੀਂ ਰਾਸ਼ਨ ਪਾਣੀ ਪਹੁੰਚਾ ਰਹੇ ਹਾਂ। ਹੁਣ ਇਹਨਾਂ ਨੂੰ ਸਹੀ ਮਿਹਨਤ 'ਚ ਦੱਸਦੇ ਮਿਡਲ ਕਲਾਸ ਬੰਦਾ, ਗਰੀਬ ਬੰਦਾ, ਅਸੀਂ ਗਰੀਬ ਨਹੀਂ ਕੰਮਕਾਰ ਕਰਨ ਵਾਲੇ ਬੰਦੇ, ਮਿਡਲ ਕਲਾਸ ਬੰਦਾ ਹੁੰਦਾ ਕੀ ਆ। ਤੁਸੀਂ ਫੈਕਟਰੀਆਂ ਖੋਲ੍ਹਣ ਦੀਆਂ ਗੱਲਾਂ ਕਰੀ ਜਾਂਦੇ ਹੋ, 2 ਮਹੀਨੇ ਹੋ ਗਏ ਅੰਦਰ ਤਾੜ ਰੱਖਿਆ ਆਮ ਜਨਤਾ ਨੂੰ, ਚਲੋ ਅਸੀਂ ਸਹਿਯੋਗ ਕੀਤਾ ਅੰਦਰ ਬੜੇ ਬੈਠੇ ਹਾਂ। ਹੁਣ ਇਕੱਲਾ ਰਾਸ਼ਨ ਖਾ ਕੇ ਤਾਂ ਨਹੀਂ, ਰਾਸ਼ਨ ਵੀ ਨਹੀਂ ਪਹੁੰਚਿਆ ਸਾਨੂੰ ਤਾਂ, ਅਸੀਂ ਨਾ ਗਰੀਬਾਂ 'ਚ ਨਾ ਅਮੀਰਾਂ 'ਚ। ਆਹ ਦੇਖੋ ਕੰਮਕਾਰ, ਆਹ ਦੇਖੋ ਜੀ ਸੰਦ, ਲੈ ਜਰ ਲੱਗੀ ਪਈ ਆ ਸੰਦਾਂ ਨੂੰ। ਇਹ ਪਿਛਲੇ 2 ਮਹੀਨੇ ਤੋਂ ਪਏ ਨੇ ਜੀ। ਇੱਕ ਮਿਡਲ ਕਲਾਸ ਦਾ ਤੁਹਾਨੂੰ ਖਰਚਾ ਕਿਨੇ ਹੋਣ ਲੱਗਿਆ ਆਮ ਬੰਦੇ ਦਾ, ਦੇਖੋ 1 ਮਹੀਨੇ ਦਾ ਰਾਸ਼ਨ ਆ ਜੀ 3,000 ਰੁਪਈਆ, 1 ਗੈਸ ਸਿਲੰਡਰ ਲਾ ਲਓ 800 ਰੁਪਇਆ, 1.5 ਕਿਲੋ ਦੁੱਧ ਘੱਟ ਤੋਂ ਘੱਟ ਜਿਹਦੇ 4-5 ਜੀਅ ਨੇ ਘਰ ਦੇ ਵਿੱਚ 2,500 ਰੁਪਈਆ, ਬਿਜਲੀ ਦਾ ਬਿੱਲ ਨੌਰਮਲ 1,000 ਰੁਪਈਆ ਜੀ, ਸਬਜ਼ੀ ਜੇ ਬੰਦਾ ਹਰੀ ਸਬਜ਼ੀ ਲਵੇ ਖਾਵੇ ਜੇ 1,500 ਰੁਪਈਆ, ਠੀਕ ਆ ਜੀ। ਹੋਰ ਆਟਾ ਚੱਕੀ ਦੇ ਪੈਸੇ, ਡਾਕਟਰ ਦੇ ਦਵਾਈ ਦੇ ਪੈਸੇ, ਟੂਟੀ ਪਾਣੀ ਦਾ ਬਿੱਲ, ਇਹਦਾ ਲਾ ਲਓ ਤੁਸੀਂ 1,000 ਰੁਪਈਆ। ਹੋਰ ਆ ਫੁਟਕਲ ਖਰਚਾ ਜਿਵੇਂ ਡੇਲੀ 20,000 ਰੁਪਏ ਰੋਜ਼ ਚੱਲਦੇ ਆ ਜੀ ਘਰ ਦੇ ਵਿੱਚ ਹੁੰਦੇ ਆ, 1,000 ਰੁਪਈਆ 1,500 ਉਹਦਾ ਲੱਗਿਆ, ਟੋਟਲ ਖਰਚਾ ਮਹੀਨੇ ਦਾ 11,300 ਹੋ ਗਿਆ, ਠੀਕ ਹੈ ਜੀ। ਠੀਕ ਹੈ ਜੀ, ਇਹਦੇ ਵਿੱਚ ਇਹ ਆ ਵੀ ਨਾ ਤਾਂ ਕੋਈ ਕਮਾਈ, ਨਾ ਕੋਈ ਦਿਹਾੜੀ ਲੱਗੀ, ਨਾ ਕੋਈ ਰਾਸ਼ਨ ਆਇਆ, ਨਾ ਕੋਈ ਤੁਹਾਡੀ ਹੋਰ ਸਹਾਇਤਾ, ਨਾ ਸਾਡੇ ਕੋਲ ਲੀਲਾ ਕਾਰਡ ਆ ਕੋਈ, ਨਾ ਲਾਭਪਾਤਰੀ ਆ, ਨਾ ਨਰੇਗਾ ਵਾਲਿਆਂ ਅਸੀਂ, ਸਾਨੂੰ ਤਾਂ ਕਿਸੇ ਪਾਸੇ ਨਹੀਂ, ਠੀਕ ਹੈ। ਇਹ 11,300 ਰੁਪਈਆ ਮਹੀਨੇ ਦਾ ਪੈਣਾ ਹੀ ਪੈਣਾ ਜੀ, ਇਹਦੇ ਵਿੱਚ ਹੋਰ ਕੁਛ ਵੀ ਨਹੀਂ, ਐਂ ਜਮ੍ਹਾਂ ਇਕੱਲਾ ਮੂੰਹ ਮੰਨ ਕੇ ਜਿਹੜਾ ਖਰਚਾ ਹੈਗਾ। ਉਸ ਤੋਂ ਬਾਅਦ ਆ ਜਾਓ ਤੁਹਾਡਾ ਹੁਣ ਮਾਰਚ ਮਹੀਨੇ ਦਾ 11,300 ਇਹੀ ਖਰਚਾ ਬਣਦਾ ਸੀ। ਉਸ ਤੋਂ ਬਾਅਦ ਜੇ ਹੁਣ 4 ਕੁਇੰਟਲ ਕਣਕ ਵੀ ਲੈਣੀ ਆ, ਸਾਲ ਭਰ ਦਾ ਖਰਚਾ ਉਹ ਵੀ ਖਰੀਦ ਕੇ ਰੱਖਣਾ ਬੰਦੇ ਨੇ, ਇਹਦੇ ਵਿੱਚ 7,700 ਰੁਪਈਆ ਐਡ ਹੋਰ ਕਰ ਲਓ, 7,000 ਰੁਪਈਆ ਇਹ ਹੋਰ ਵੱਧ ਗਿਆ। ਆਹ 2 ਮਹੀਨਿਆਂ ਦਾ 30,000 ਰੁਪਈਆ ਖਰਚਾ ਹੋ ਗਿਆ ਜੀ, ਇਹ ਕਿੱਥੋਂ ਦੇਊਗਾ ਆਮ ਬੰਦਾ, ਮਿਡਲ ਕਲਾਸ ਬੰਦਾ ਕਿੱਥੋਂ ਪੂਰਾ ਕਰੂਗਾ ਆਹ ਖਰਚੇ ਨੇ ਜੀ। ਇਹ ਨੋਰਮਲ ਜਿਹੜੇ ਘਰ ਬਸ ਬਹਿ ਕੇ ਖਾਣਾ ਸੀ ਉਹੀ ਖਰਚੇ ਨੇ, ਹੋਰ ਇਹਦੇ ਵਿੱਚ ਕੋਈ ਖਰਚਾ ਨਹੀਂ, ਕੋਈ ਲੀੜਾ ਕੱਪੜਾ ਨਹੀਂ, ਕੋਈ ਜੁੱਤੀ ਜੋੜਾ ਨਹੀਂ, ਕੋਈ ਤੇਲ ਪਾਣੀ ਦਾ ਖਰਚਾ ਨਹੀਂ। ਇੱਧਰ ਵੀ ਧਿਆਨ ਦਿਓ, ਮਿਡਲ ਕਲਾਸ ਇਹ ਨੇ ਲੋਕ, ਇਹਨਾਂ ਦੀ ਗੱਲ ਕੌਣ ਕਰੂਗਾ। 2-2 ਮਹੀਨੇ ਹੋ ਗਏ ਘਰ ਬੈਠਣ ਨੂੰ, ਆਹ ਦੇਖ ਲਓ ਸੰਦ, ਆਹ ਹੁੰਦੇ ਨੇ ਮਿਡਲ ਕਲਾਸ ਕੰਮ ਕਰਨ ਵਾਲੇ ਬੰਦੇ, ਨਾ ਕੋਈ ਲਾਭਪਾਤਰੀ ਆ ਸਾਡੇ ਕੋਲ, ਨਾ ਕੋਈ ਲੀਲਾ ਕਾਰਡ ਆ, ਨਾ ਤੁਹਾਡਾ ਕੋਈ ਰਾਸ਼ਨ ਪਾਣੀ, ਅਸੀਂ ਤਾਂ ਮੰਗ ਕੇ ਵੀ ਨਹੀਂ ਖਾ ਸਕਦੇ ਰਾਸ਼ਨ, ਜੇ ਮੰਗਦੇ ਹਾਂ ਤਾਂ ਅਲੱਗ, ਉਹਨਾਂ ਕੋਲ ਸਭ ਕੁਛ ਹੈਗਾ, ਮੋਟਰਸਾਈਕਲ ਵੀ ਹੈਗਾ ਘਰ ਵੀ, ਹੁਣ ਮੋਟਰਸਾਈਕਲ 'ਤੇ ਦੰਦੀਆਂ ਵੱਢ ਲਈਏ ਸੀ, ਤਾਂ ਘਰ 'ਚੋਂ ਅਸੀਂ ਘਰ ਢਾ ਕੇ ਬਹਿ ਜਾਈਏ ਫਿਰ ਗਰੀਬ ਬਣਾਂਗੇ। ਸੋ ਸੋਚੋ ਕੁਛ, ਫੈਕਟਰੀਆਂ ਚਲਾਉਣ ਤੋਂ ਪਹਿਲਾਂ ਸਾਡਾ ਵੀ ਸੋਚੋ। ਅਸੀਂ ਬੈਠੇ ਹਾਂ 2 ਮਹੀਨਿਆਂ ਦੇ ਅੰਦਰ, ਮਿਡਲ ਕਲਾਸ ਬੰਦੇ ਦਾ ਆਹ ਖਰਚਾ ਹੁੰਦਾ ਗਾ, ਘੱਟ ਤੋਂ ਘੱਟ ਜੇ ਘਰ ਬਹਿ ਕੇ ਵੀ ਖਾਣਾ ਗਾ, ਇਹ ਕਿੱਥੋਂ ਪੂਰੇ ਹੋਣਗੇ ਜੀ। ਨਾ ਕਿਸੇ ਪੱਤਰਕਾਰ ਨੇ, ਨਾ ਕੈਪਟਨ ਸਰਕਾਰ ਨੇ, ਨਾ ਕਿਸੇ ਵਿਰੋਧੀ ਪਾਰਟੀ ਨੇ, ਕਿਸੇ ਨੇ ਮੂੰਹ ਨਹੀਂ ਖੋਲ੍ਹਿਆ ਹੁਣ ਤੱਕ। ਅਸੀਂ ਦੇਖੀ ਜਾਂਦੇ ਹਾਂ ਘਰ ਬੈਠਾ, ਇੱਕ ਦਬਕੇ ਦੀ ਜ਼ੋਰ ਲੱਗਿਆ ਵਾ ਤੁਹਾਡਾ, ਅਸੀਂ ਕਿੱਧਰ ਨੂੰ ਜਾਵਾਂਗੇ, ਸਾਡੇ ਜਵਾਕ ਨਹੀਂ। ਸੋ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਹੈ, ਜਿੰਨੇ ਵੀ ਮਿਡਲ ਕਲਾਸ ਨੇ ਲੋਕ ਜਿਹੜੇ ਕਹਿੰਦੇ ਨੇ ਆਵਾਜ਼ ਉਠਾਓ, ਆਹ ਉਠਾਓ ਆਵਾਜ਼, ਆਹ ਖਰਚਾ ਦਿਖਾਓ ਉਹਨੂੰ, ਵੀ ਘਰ ਬਹਿ ਕੇ ਵੀ ਜਮ੍ਹਾਂ ਜੇ ਰੋਟੀ ਖਾਈ ਅਸੀਂ ਆਹ ਖਰਚਾ ਜੀ ਸਾਡਾ, ਹੋਰ ਤਾਂ ਗੱਲਾਂ ਛੱਡੋ, ਇਹ ਕੌਣ ਪੂਰੇ ਕਰੂਗਾ। ਅਸੀਂ ਤਾਂ ਮੰਗ ਕੇ ਵੀ ਨਹੀਂ ਖਾ ਸਕਦੇ ਕਿਸੇ ਤੋਂ। ਸੋ ਕਿਰਪਾ ਕਰਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ, ਜਿੰਨੇ ਵੀ ਕੰਮਕਾਰ ਵਾਲੇ ਨੇ ਵੀਰ ਜਿਹਦੇ ਕੋਲ ਕੋਈ ਲਾਭਪਾਤਰੀ ਨਹੀਂ ਜਾਂ ਕੋਈ ਹੋਰ ਕੋਈ ਸਹਾਇਤਾ ਹੈ ਨਹੀਂ ਸਰਕਾਰੀ, ਹੁਣ ਰੋਜ਼ ਕਮਾਉਣਾ ਜਿਹਨੇ ਰੋਜ਼ ਖਾਣਾ ਉਹ ਬੰਦੇ ਹਾਂ ਅਸੀਂ, ਹੈ ਕੋਈ ਹੱਲ, ਅੰਦਰ ਤਾਂ ਧੜੇ ਬੈਠੇ ਹਾਂ ਅਸੀਂ, ਕੋਈ ਗੱਲ ਨਹੀਂ, ਅਸੀਂ ਵੀ ਸਰਕਾਰ ਦਾ ਸਾਥ ਦੇ ਰਹੇ, ਹੁਣ ਕਿੰਨਾ ਕੁ ਚਿਰ ਦੇਵਾਂਗੇ, ਸਾਡਾ ਵੀ ਕੋਈ ਹੱਲ ਕਰੋ ਨਾ, ਅਸੀਂ ਕਿਹੜੇ ਚਾਹੁੰਦੇ ਹਾਂ ਨਾ ਗਰੀਬਾਂ 'ਚ ਨਾ ਅਮੀਰਾਂ 'ਚ।
कृपा करके वो तो वह शेयर करो, जोड़े रोज़ वट्सअप से फेसबुक से वीडियो बना बना पाने करो जी मिडल क्लास का कोई हल नहीं। मिडल क्लास बंदा नुकसान इस टाइम किसी का नहीं हो रहा, कला मिडल क्लास मर रहा, जोड़ा कम कर रोज़ करने वाला बंदा कला उ मर रहा बस, और किसी को कोई नुकसान नहीं होगा, किसी का कोई वो नहीं होगा, ताकड़े तो कोई है ही नहीं ना। जमा थले वाले उन्होंने भी लंगर पानी चलो एन जी ओ वाले ने चली जाते हैं, गुरद्वारा साहब साहब वाले ने चलो उन्होंने चली जाता है, असी हुण किधर नूं जावांगे, साडा की बनूगा, आ खर्चे तो हैगी हैगे है ना, काम होवे ना होवे कुछ ना होवे चाहे घर बैठे आ खर्चे तो हैगी हैगे ने, यह करो पूरे दो जवाब, कोई मीडिया वाला कोई चक्को बाज या कैप्टन साहब नूं दस दिओ, जो मीटिंग च फैसला करना साडा भी फैसला करे कोई। सो बस मैं अपने ये मोढ़िया से गोढ़िया तो बहुत दुखी सी, मेरे लिए तो तुरना फिरना भी इन्ना औखा होया सी, मैं दस भी नहीं सकता, पर जब तो मैं फिर रिलीफ मिले ढाई तीन महीने इस्तेमाल करने तो बाद गोडे भी ओके मोढ़े भी ओके। जी तुम भी किसी इस तरह की बीमारी तो परेशान हो तो बेझिझक होकर इस इस्तेमाल करो, सिर्फ ढाई तीन महीने ये 125 बीमारियों तक का इलाज कर सकता है, फीर लिफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी, मैनू मेरे दोस्त ने ऑयल फीर लिफ वाले दसिया, मैं ये तेल तीन क महीने लाना अपने सिर पर अप्लाई किया, ये बिल्कुल आयुर्वैदिक तेल है, यदा कोई साइड इफेक्ट नहीं है, तो मेरे बाल जड़े गंजपन पैना शुरू हो गया से दोबारा आने लग गए, तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो ये तेल लाना ना भूलो। कितना कितनी असं अपने बालों करके शर्म फील करते हैं, कितनी सोसाइटी बैठे हैं कि कोई मजाक ना कर रहा है, पर थैंक्स टू फ्री लिफ जिन्हें मेरा एक कॉन्फिडेंस बिल्ड किया, जिसे लगान नाल मैं मार्केट से बड़ा ही कॉन्फिडेंट हाँ, और ये मैं बड़ा फायदा होया, तो मैं सर्वाइकल की भी दिक्कत सी, तो वो भी मैं बड़ा रिलीफ मिले। यूज़ करो तो मैं प्रैक्टिकल यूज़ कर रहा।